ਇੱਕ ਲੱਕੜ ਦਾ ਆਰਾ ਚਲਾਉਣ ਵਾਲੇ ਬਜ਼ੁਰਗ ਵਿਅਕਤੀ ਦੇ ਨਾਲ ਠੱਗੀ ਹੋਈ ਹੈ। ਕਿਹਾ ਜਾ ਰਿਹਾ ਕਿ 4,20,000 ਰੁਪਏ ਦੀ ਠੱਗੀ ਦਾ ਮਾਮਲਾ ਇਹ ਸਾਹਮਣੇ ਆਇਆ। ਦਰਅਸਲ ਮਾਮਲਾ ਕੁਝ ਇੰਜ ਹੈ ਕਿ ਇੱਕ ਪ੍ਰਵਾਸੀ ਜੋੜਾ ਉਸ ਆਰੇ ਵਾਲੇ ਬਜ਼ੁਰਗ ਦੇ ਕੋਲ ਰੋਜ਼ ਬਾਲਣ ਲੈਣ ਦੇ ਲਈ ਜਾਂਦਾ ਸੀ। ਹਾਲਾਂਕਿ ਜੋ ਉਸਦੇ ਵਿੱਚੋਂ ਇੱਕ ਵਿਅਕਤੀ ਸੀ ਉਹ ਉਸਨੂੰ ਕਹਿੰਦਾ ਸੀ ਕਿ ਉਹ ਕਿਤੇ ਟਾਈਲਾਂ ਲਗਾਉਣ ਦਾ ਕੰਮ ਕਰਦਾ। ਪਰ ਇੱਕ ਦਿਨ ਉਹ ਪ੍ਰਵਾਸੀ ਵਿਅਕਤੀ ਉਸ ਬਜ਼ੁਰਗ ਦੇ ਕੋਲ ਇੱਕ ਸੋਨੇ ਦਾ ਸਿੱਕਾ ਲੈ ਕੇ ਪਹੁੰਚਦਾ ਅਤੇ ਕਹਿੰਦਾ ਕਿ ਉਸਨੂੰ ਇੱਕ ਸੁੰਨਸਾਨ ਥਾਂ ਤੋਂ 2,000 ਦੇ ਕਰੀਬ ਸੋਨੇ ਦੇ ਸਿੱਕੇ ਮਿਲੇ ਨੇ ਅਤੇ ਇਹ ਬਜ਼ੁਰਗ ਜਦੋਂ ਉਸਦੇ ਕੋਲ ਸਿੱਕਾ ਲੈਂਦਾ ਤਾਂ ਉਸਨੂੰ ਸੁਨਿਆਰੇ ਦੇ ਕੋਲ ਲੈ ਕੇ ਜਾਂਦਾ ਤਾਂ ਉਹ ਸੋਨੇ ਦਾ ਸਿੱਕਾ ਅਸਲੀ ਹੁੰਦਾ ਅਤੇ ਉਸਦੀ ਕੀਮਤ 8,000 ਰੁਪਏ ਦੱਸੀ ਜਾਂਦੀ ਹੈ। ਜਿਸ ਤੋਂ ਬਾਅਦ ਉਹ ਬਜ਼ੁਰਗ ਜੋ ਆਰੇ ਵਾਲਾ ਉਹ ਲਾਲਚ ਦੇ ਵਿੱਚ ਆ ਜਾਂਦਾ ਅਤੇ ਸਾਰੇ ਸਿੱਕਿਆਂ ਦਾ ਹੀ 4,20,000 ਚ ਸੌਦਾ ਤੈਅ ਕਰ ਲੈਂਦਾ। ਪਰ ਜਦੋਂ ਸੌਦਾ ਹੋਣ ਤੋਂ ਬਾਅਦ ਉਹ ਸਾਰੀ ਪੇਮੈਂਟ ਉਸ ਪ੍ਰਵਾਸੀ ਜੋੜੇ ਨੂੰ ਦੇ ਦਿੰਦਾ ਤਾਂ ਜਿਸ ਤੋਂ ਬਾਅਦ ਉਹ ਇੱਕ ਸੁਨਿਆਰੇ ਦੇ ਕੋਲ ਜਦ ਇਹ ਸਿੱਕੇ ਲੈ ਕੇ ਜਾਂਦਾ ਤਾਂ ਉਸਦੇ ਵਿੱਚੋਂ ਸਾਰੇ ਸਿੱਕੇ ਹੀ ਨਕਲੀ ਨਿਕਲਦੇ ਨੇ। ਹਾਲਾਂਕਿ ਹੁਣ ਉਸ ਬਜ਼ੁਰਗ ਦੇ ਵੱਲੋਂ ਪੁਲਿਸ ਦੇ ਕੋਲ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਮਾਮਲਾ ਟਾਂਡਾ ਤੋਂ ਸਾਹਮਣੇ ਆਇਆ। ਉਹ ਮੈਥੋਂ ਬਾਲਣ ਆਉਂਦੇ ਸੀਗੇ ਜੀ, ਇੱਕ ਸਿੱਕਾ ਲਗਾਉਣਾ, ਕਹਿੰਦੇ ਆਹ ਦੇਖ ਲੈ ਕਿੱਦਾਂ ਦਾ ਸਾਰੇ ਨਾਮ ਜੀ ਆ, ਫਿਰ 500 ਦਾ ਲੈਣਾ ਕਿੱਦਾਂ ਉਹਨਾਂ ਕੋਲ, ਤੁਸੀਂ ਚੈੱਕ ਕਰਿਆ ਉਹਨੇ ਸੋਹਣਾ ਨਹੀਂ ਗਿਆ, ਉਹ ਕਿਤੇ ਸਿੱਕੇ ਆ ਪਤਾ ਨਹੀਂ ਕਾਹਦੇ ਆ, ਕਿਹਦੇ ਸਿੱਕੇ ਦਾ ਮੁੱਲ ਕਰਾ ਲਾ 400 ਦੇ ਆ, ਕਹਿੰਦੇ ਜੋ ਦਿਖਾਣੇ ਥੱਲੇ ਲੁੱਕਦੇ ਇਹਦੇ ਪਿੱਤਲ ਆ, ਬਾਕੀ ਉਹਨੇ ਉਹ ਇੱਕ ਦਿਖਾ ਕੇ ਤਾਂ ਸੀਗਾ ਉਹ ਸੋਨੇ ਦਾ, ਮੁੜ ਕੇ ਉਹ ਦਿੱਤਾ ਉਹਨਾਂ ਨੂੰ ਕਿਤੇ ਸਾਰੇ ਨਾਲ ਦੇ ਆ, ਮੈਂ ਸੁਨਿਆਰੇ ਨੂੰ ਕਰਾਇਆ। ਕੀ ਕਿਹਾ ਸੁਨਿਆਰੇ ਨੇ? ਸੁਨਿਆਰੇ ਨੇ ਕਿਹਾ ਇੱਕ ਸੋਨੇ ਦਾ ਹੀ ਆ, ਬਾਕੀਆਂ ਦਾ ਪਤਾ ਨਹੀਂ, ਉਦੋਂ ਇਹਦੇ ਲਾ ਦੇ ਜਾਵੀ, ਉਹ ਦਿਖਾਇਆ ਉਹ ਕਹਿੰਦੇ ਇਹਦੇ ਸਾਰੇ ਪਿੱਤਲ ਆ, ਜਿਹੜਾ ਸੋਨੇ ਦਾ ਉਹ ਵੀ ਲੈ ਗਿਆ ਉਹ। ਕਿੰਨੇ ਪੈਸੇ ਦਿੱਤੇ ਤੁਸੀਂ ਉਹਨੂੰ? 4,20,000। ਕੀ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਤੁਸੀਂ? ਮੈਂ ਉਸ ਨੂੰ ਕਿਹਾ, ਉਹ ਕਹਿੰਦੇ ਸਾਡੇ ਬਸ ਹੀ ਨਹੀਂ ਗੱਲ। ਇੱਕ ਲੱਕੜ ਦਾ ਆਰਾ ਚਲਾਉਣ ਵਾਲੇ ਬਜ਼ੁਰਗ ਵਿਅਕਤੀ ਦੇ ਨਾਲ ਠੱਗੀ ਹੋਈ ਹੈ। ਕਿਹਾ ਜਾ ਰਿਹਾ ਕਿ 4,20,000 ਰੁਪਏ ਦੀ ਠੱਗੀ ਦਾ ਮਾਮਲਾ ਇਹ ਸਾਹਮਣੇ ਆਇਆ। ਦਰਅਸਲ ਮਾਮਲਾ ਕੁਝ ਇੰਜ ਹੈ ਕਿ ਇੱਕ ਪ੍ਰਵਾਸੀ ਜੋੜਾ ਉਸ ਆਰੇ ਵਾਲੇ ਬਜ਼ੁਰਗ ਦੇ ਕੋਲ ਰੋਜ਼ ਬਾਲਣ ਲੈਣ ਦੇ ਲਈ ਜਾਂਦਾ ਸੀ। ਹਾਲਾਂਕਿ ਜੋ ਉਸਦੇ ਵਿੱਚੋਂ ਇੱਕ ਵਿਅਕਤੀ ਸੀ ਉਹ ਉਸਨੂੰ ਕਹਿੰਦਾ ਸੀ ਕਿ ਉਹ ਕਿਤੇ ਟਾਈਲਾਂ ਲਗਾਉਣ ਦਾ ਕੰਮ ਕਰਦਾ। ਪਰ ਇੱਕ ਦਿਨ ਉਹ ਪ੍ਰਵਾਸੀ ਵਿਅਕਤੀ ਉਸ ਬਜ਼ੁਰਗ ਦੇ ਕੋਲ ਇੱਕ ਸੋਨੇ ਦਾ ਸਿੱਕਾ ਲੈ ਕੇ ਪਹੁੰਚਦਾ ਅਤੇ ਕਹਿੰਦਾ ਕਿ ਉਸਨੂੰ ਇੱਕ ਸੁੰਨਸਾਨ ਥਾਂ ਤੋਂ 2,000 ਦੇ ਕਰੀਬ ਸੋਨੇ ਦੇ ਸਿੱਕੇ ਮਿਲੇ ਨੇ ਅਤੇ ਇਹ ਬਜ਼ੁਰਗ ਜਦੋਂ ਉਸਦੇ ਕੋਲ ਸਿੱਕਾ ਲੈਂਦਾ ਤਾਂ ਉਸਨੂੰ ਸੁਨਿਆਰੇ ਦੇ ਕੋਲ ਲੈ ਕੇ ਜਾਂਦਾ ਤਾਂ ਉਹ ਸੋਨੇ ਦਾ ਸਿੱਕਾ ਅਸਲੀ ਹੁੰਦਾ ਅਤੇ ਉਸਦੀ ਕੀਮਤ 8,000 ਰੁਪਏ ਦੱਸੀ ਜਾਂਦੀ ਹੈ। ਜਿਸ ਤੋਂ ਬਾਅਦ ਉਹ ਬਜ਼ੁਰਗ ਜੋ ਆਰੇ ਵਾਲਾ ਉਹ ਲਾਲਚ ਦੇ ਵਿੱਚ ਆ ਜਾਂਦਾ ਅਤੇ ਸਾਰੇ ਸਿੱਕਿਆਂ ਦਾ ਹੀ 4,20,000 ਚ ਸੌਦਾ ਤੈਅ ਕਰ ਲੈਂਦਾ। ਪਰ ਜਦੋਂ ਸੌਦਾ ਹੋਣ ਤੋਂ ਬਾਅਦ ਉਹ ਸਾਰੀ ਪੇਮੈਂਟ ਉਸ ਪ੍ਰਵਾਸੀ ਜੋੜੇ ਨੂੰ ਦੇ ਦਿੰਦਾ ਤਾਂ ਜਿਸ ਤੋਂ ਬਾਅਦ ਉਹ ਇੱਕ ਸੁਨਿਆਰੇ ਦੇ ਕੋਲ ਜਦ ਇਹ ਸਿੱਕੇ ਲੈ ਕੇ ਜਾਂਦਾ ਤਾਂ ਉਸਦੇ ਵਿੱਚੋਂ ਸਾਰੇ ਸਿੱਕੇ ਹੀ ਨਕਲੀ ਨਿਕਲਦੇ ਨੇ। ਹਾਲਾਂਕਿ ਹੁਣ ਉਸ ਬਜ਼ੁਰਗ ਦੇ ਵੱਲੋਂ ਪੁਲਿਸ ਦੇ ਕੋਲ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਮਾਮਲਾ ਟਾਂਡਾ ਤੋਂ ਸਾਹਮਣੇ ਆਇਆ। ਉਹ ਮੈਥੋਂ ਬਾਲਣ ਆਉਂਦੇ ਸੀਗੇ ਜੀ, ਇੱਕ ਸਿੱਕਾ ਲਗਾਉਣਾ, ਕਹਿੰਦੇ ਆਹ ਦੇਖ ਲੈ ਕਿੱਦਾਂ ਦਾ ਸਾਰੇ ਨਾਮ ਜੀ ਆ, ਫਿਰ 500 ਦਾ ਲੈਣਾ ਕਿੱਦਾਂ ਉਹਨਾਂ ਕੋਲ, ਤੁਸੀਂ ਚੈੱਕ ਕਰਿਆ ਉਹਨੇ ਸੋਹਣਾ ਨਹੀਂ ਗਿਆ, ਉਹ ਕਿਹਦੇ ਸਿੱਕੇ ਆ ਪਤਾ ਨਹੀਂ ਕਾਹਦੇ ਆ, ਕਿਹਦੇ ਸਿੱਕੇ ਦਾ ਮੁੱਲ ਕਰਾ ਲਾ 400 ਦੇ ਆ, ਕਹਿੰਦੇ ਜੋ ਦਿਖਾਣੇ ਥੱਲੇ ਲੁੱਕਦੇ ਇਹਦੇ ਪਿੱਤਲ ਆ, ਬਾਕੀ ਉਹਨੇ ਉਹ ਇੱਕ ਦਿਖਾ ਕੇ ਤਾਂ ਸੀਗਾ ਉਹ ਸੋਨੇ ਦਾ, ਮੁੜ ਕੇ ਉਹ ਦਿੱਤਾ ਉਹਨਾਂ ਨੂੰ ਕਹਿੰਦੇ ਸਾਰੇ ਨਾਲ ਦੇ ਆ, ਮੈਂ ਸੁਨਿਆਰੇ ਨੂੰ ਕਰਾਇਆ। ਕੀ ਕਿਹਾ ਸੁਨਿਆਰੇ ਨੇ? ਸੁਨਿਆਰੇ ਨੇ ਕਿਹਾ ਇੱਕ ਸੋਨੇ ਦਾ ਹੀ ਆ, ਬਾਕੀਆਂ ਦਾ ਪਤਾ ਨਹੀਂ, ਉਦੋਂ ਇਹਦੇ ਲਾ ਦੇ ਜਾਵੀ, ਉਹ ਦਿਖਾਇਆ ਉਹ ਕਹਿੰਦੇ ਇਹਦੇ ਸਾਰੇ ਪਿੱਤਲ ਆ, ਜਿਹੜਾ ਸੋਨੇ ਦਾ ਉਹ ਵੀ ਲੈ ਗਿਆ ਉਹ। ਕਿੰਨੇ ਪੈਸੇ ਦਿੱਤੇ ਤੁਸੀਂ ਉਹਨੂੰ? 4,20,000।
ਕੀ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਤੁਸੀਂ? ਮੈਂ ਉਸ ਨੂੰ ਕਿਹਾ, ਉਹ ਕਹਿੰਦੇ ਸਾਡੇ ਪਾਸੇ ਨਹੀਂ ਗੱਲ।